ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀਏ ਸਾਥ। ਪੜ ਪੜ ਬੇੜੀ ਪਾਈ ਐ, ਪੜ ਪੜ ਗੱਡੀਏ ਖਾਤ। ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀਏ ਸਾਥ। ਪੜ ਪੜ ਬੇੜੀ ਪਾਈ ਐ, ਪੜ ਪੜ ਗੱਡੀਏ ਖਾਤ। ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ। ਪੜੀਏ ਜੇਤੀ ਯਾਰ ਜਾ, ਪੜੀਏ ਜੇਤੇ ਸਾਸ। ਨਾਨਕ ਲਿਖੇ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਮਹੱਲਾ ਪਹਿਲਾ। ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ। ਬਹੁ ਭੇਖ ਕੀਆ ਦੇਹੀ ਦੁਖ ਦੀਆ, ਸਹੋ ਵੇ ਜੀਆ ਆਪਣਾ ਕੀਆ। ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਪਾਇਆ। ਬਸਤਰ ਨਾ ਪਹਿਰੇ ਐਨਿਸ ਗਹਿਰੇ, ਮੋਨ ਵਿਗੂਤਾ ਕਿਉਂ ਜਾਗੇ ਗੁਰ ਬਿਨ ਸੂਤਾ। ਪਾਗੋ ਪੇ ਤਾਣਾ ਆਪਣਾ ਕੀਆ ਕਮਾਣਾ, ਹਲਮਲ ਖਾਈ ਸਿਰਸ਼ਾਈ ਪਾਈ। ਮੂਰਖ ਖੰਦੇ ਪਤ ਗਵਾਈ, ਵਿਨਾਵੇ ਕਿਸ ਥਾਂ ਨਾ ਪਾਈ। ਰਹੇ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਨਾਨਕ ਨਦਰ ਕਰੇ ਸੋ ਪਾਏ, ਆ ਸੰਦੇਸੇ ਤੇ ਨਿਹ ਕੇਵਲ ਹਉਮੈ ਸ਼ਬਦ ਜਲਾਏ। ਪੌੜੀ ਭਗਤ ਤੇਰੇ ਮਨ ਭਾਵਦੇ, ਦਰਸੋਹਨ ਕੀਰਤ ਗਾਵਦੇ। ਨਾਨਕ ਕਰਮਾ ਬਾਹਰੇ, ਦਰ ਢੋਈ ਨਾ ਲਹਿਨੀ ਧਾਮ ਦੇ। ਇੱਕ ਮੂਲ ਨਾ ਬੁੱਝਣ ਆਪਣਾ, ਅਣਹੋਂਦਾ ਆਪ ਗੁਣਾਈਂਦੇ। ਹਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਈਂਦੇ। ਤਿਨ ਮੰਗਾ ਜੇ ਤੁਝੇ ਧਿਆਈਂਦੇ। ਹਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਈਂਦੇ। ਤਿਨ ਮੰਗਾ ਜੇ ਤੁਝੇ ਧਿਆਈਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਪਹਿਲਾ। ਜੇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰੀਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ। ਜੇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ ਨਾਲ ਇੱਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ। ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ ਅਤੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਰੇ ਮਹੀਨੇ ਬੀਤ ਜਾਣ। ਜੇ ਪੁਸਤਕਾਂ ਪੜ੍ਹ ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਵੇ, ਜੇ ਪੜ੍ਹ ਪੜ੍ਹ ਕੇ ਉਮਰ ਦੇ ਸਾਰੇ ਸਵਾਸ ਬਿਤਾਏ ਜਾਣ, ਤਾਂ ਵੀ ਰੱਬ ਦੀ ਦਰਗਾਹ ਵਿੱਚ ਇਸ ਵਿੱਚੋਂ ਕੁਝ ਵੀ ਪ੍ਰਵਾਨ ਨਹੀਂ ਹੁੰਦਾ। ਇਹ ਨਾਨਕ, ਪ੍ਰਭੂ ਦੀ ਦਰਗਾਹ ਵਿੱਚ ਕੇਵਲ ਪ੍ਰਭੂ ਦੀ ਸਿਫਤ ਸਲਾਹ ਕਬੂਲ ਪੈਂਦੀ ਹੈ। ਪ੍ਰਭੂ ਦੀ ਵਡਿਆਈ ਤੋਂ ਬਿਨਾਂ ਕੋਈ ਹੋਰ ਉੱਦਮ ਕਰਨਾ, ਆਪਣੀ ਹਉਮੈ ਦੇ ਵਿੱਚ ਹੀ ਭਟਕਦੇ ਫਿਰਨਾ ਹੈ। ਜਿਤਨਾ ਕੋਈ ਮਨੁੱਖ ਕੋਈ ਵਿੱਦਿਆ ਲਿਖਣੀ ਪੜ੍ਹਨੀ ਜਾਣਦਾ ਹੈ, ਉਤਨਾ ਹੀ ਉਸ ਨੂੰ ਆਪਣੀ ਵਿੱਦਿਆ ਦਾ ਮਾਣ ਹੈ। ਸੋ ਇਹ ਜ਼ਰੂਰੀ ਨਹੀਂ ਕਿ ਰੱਬ ਦੇ ਦਰ 'ਤੇ ਪ੍ਰਵਾਨ ਹੋਣ ਲਈ ਵਿੱਦਿਆ ਦੀ ਲੋੜ ਹੈ। ਜਿਤਨਾ ਹੀ ਕੋਈ ਬਹੁਤੇ ਤੀਰਥਾਂ ਦੀ ਯਾਤਰਾ ਕਰਦਾ ਹੈ, ਉਤਨਾ ਹੀ ਥਾਂ ਥਾਂ 'ਤੇ ਵਸਦਾ ਫਿਰਦਾ ਹੈ ਕਿ ਮੈਂ ਫਲਾਣੇ ਤੀਰਥ 'ਤੇ ਇਸ਼ਨਾਨ ਕਰ ਆਇਆ ਹਾਂ। ਸੋ ਤੀਰਥ ਯਾਤਰਾ ਵੀ ਅਹੰਕਾਰ ਦਾ ਹੀ ਕਾਰਨ ਹੈ ਬਣਦੀ ਹੈ। ਕਿਸੇ ਨੇ ਲੋਕਾਂ ਨੂੰ ਪਤਿਆਉਣ ਵਾਸਤੇ ਧਰਮ ਦੇ ਲਈ ਚਿਹਨ ਧਾਰੇ ਹੋਏ ਹਨ, ਅਤੇ ਕੋਈ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ, ਉਸ ਨੂੰ ਵੀ ਇਹੀ ਕਹਿਣਾ ਠੀਕ ਜਾਪਦਾ ਹੈ ਕਿ ਹੇ ਭਾਈ, ਆਪਣੇ ਕਿੱਤੇ ਦਾ ਦੁੱਖ ਸਹਾਰ, ਭਾਵ ਇਹ ਭੇਕ ਧਾਰਨੇ ਸਰੀਰ ਨੂੰ ਦੁੱਖ ਦੇਣੇ ਵੀ ਰੱਬ ਦੇ ਦਰ 'ਤੇ ਕਬੂਲ ਨਹੀਂ ਹਨ। ਹੋਰ ਤੱਕੋ, ਜਿਸਨੇ ਅੰਨ ਛੱਡਿਆ ਹੋਇਆ ਹੈ, ਪ੍ਰਭੂ ਦਾ ਸਿਮਰਨ ਤਾਂ ਨਹੀਂ ਕਰਦਾ। ਸਿਮਰਨ ਤੇ ਆ ਕੇ ਉਸ ਨੂੰ ਇਹ ਹੋਰ ਹੀ ਕੰਮ ਚੰਗਾ ਲੱਗਾ ਹੋਇਆ ਹੈ, ਉਸਨੇ ਵੀ ਆਪਣੀ ਜ਼ਿੰਦਗੀ ਵਿੱਚ ਤਲਕ ਬਣਾਈ ਹੋਈ ਹੈ ਅਤੇ ਦੁੱਖ ਸਹਾਰ ਰਿਹਾ ਹੈ।
ਕੱਪੜੇ ਨਹੀਂ ਪਾਉਂਦਾ, ਰਾਤ ਔਖਾ ਹੋ ਰਿਹਾ ਹੈ। ਇਹ ਕੱਲ ਵਾਂਝੇ ਚੁੱਪ ਵੱਟ ਗਿਆ, ਅਸਲੀ ਰਾਹ ਤੋਂ ਖੁੰਝਿਆ ਹੋਇਆ ਹੈ। ਭਲਾ ਦੱਸੋ, ਮਾਇਆ ਦੀ ਨਿੰਦਰ ਵਿੱਚ ਸੁੱਤਾ ਹੋਇਆ ਮਨੁੱਖ ਗੁਰੂ ਤੋਂ ਬਿਨਾਂ ਕਿਵੇਂ ਜਾਗ ਸਕਦਾ ਹੈ? ਇੱਕ ਪੈਰਾਂ ਤੋਂ ਨੰਗਾ ਫਿਰਦਾ ਹੈ, ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ। ਸੁੱਚਾ ਚੰਗਾ ਭੋਜਨ ਛੱਡ ਕੇ ਝੂਠਾ ਮਿੱਠਾ ਖਾਂਦਾ ਹੈ, ਸਿਰ ਵਿੱਚ ਸੁਆਹ ਪਾ ਰੱਖਦਾ ਹੈ। ਅਗਿਆਨੀ ਮੂਰਖ ਨੇ ਇਸ ਤਰ੍ਹਾਂ ਆਪਣੀ ਪੱਤ ਗਵਾ ਲਈ ਹੈ। ਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਵੀ ਉੱਦਮ ਪਰਵਾਨ ਨਹੀਂ ਹੈ। ਅੰਨਾ ਮੂਰਖ ਉਜਾੜਾਂ ਵਿੱਚ, ਮੜੀਆਂ ਵਿੱਚ, ਮਸਾਣਾਂ ਵਿੱਚ ਰਹਿੰਦਾ ਹੈ, ਰੱਬ ਵਾਲਾ ਰਸਤਾ ਨਹੀਂ ਸਮਝਦਾ ਅਤੇ ਸਮਾਂ ਗੁਜ਼ਰ ਜਾਣ 'ਤੇ ਪਛਤਾਉਂਦਾ ਹੈ। ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਹੈ, ਅਸਲੀ ਸੁੱਖ ਉਹੀ ਮਾਣਦਾ ਹੈ। ਉਹ ਵਡਭਾਗੀ ਰੱਬ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾਉਂਦਾ ਹੈ। ਪਰ ਹੇ ਨਾਨਕ, ਗੁਰੂ ਵੀ ਉਸੇ ਨੂੰ ਹੀ ਮਿਲਦਾ ਹੈ ਜਿਸ ਉੱਤੇ ਦਾਤਾਰ ਮਿਹਰ ਦੀ ਨਜ਼ਰ ਕਰਦਾ ਹੈ। ਉਹ ਸੰਸਾਰ ਦੀਆਂ ਆਸਾਂ ਅਤੇ ਫਿਕਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਸਾੜ ਦਿੰਦਾ ਹੈ। ਹੇ ਪ੍ਰਭੂ, ਤੈਨੂੰ ਆਪਣੇ ਮਨ ਵਿੱਚ ਭਗਤ ਪਿਆਰੇ ਲੱਗਦੇ ਹਨ ਜੋ ਸਹੀ ਸਿਫਤ ਸਲਾਹ ਕਰਦੇ ਹਨ ਅਤੇ ਤੇਰੇ ਦਰ ਉੱਤੇ ਸੋਭ ਰਹੇ ਹਨ। ਹੇ ਨਾਨਕ, ਭਾਗਹੀਨ ਮਨੁੱਖ ਭਟਕਦੇ ਫਿਰਦੇ ਹਨ, ਉਹਨਾਂ ਨੂੰ ਪ੍ਰਭੂ ਦੇ ਦਰ 'ਤੇ ਥਾਂ ਨਹੀਂ ਮਿਲਦੀ ਕਿਉਂਕਿ ਉਹ ਵਿਚਾਰੇ ਆਪਣੇ ਅਸਲੇ ਨੂੰ ਨਹੀਂ ਸਮਝਦੇ। ਰੱਬੀ ਗੁਣ ਦੀ ਕੁੰਜੀ ਆਪਣੇ ਅੰਦਰ ਹੋਣ ਤੋਂ ਬਿਨਾਂ ਹੀ ਆਪਣੇ ਆਪ ਨੂੰ ਵੱਡਾ ਜਿਤਾਉਂਦੇ ਹਨ। ਹੇ ਪ੍ਰਭੂ, ਮੈਂ ਨੀਵੀਂ ਜਾਤ ਵਾਲਾ ਤੇਰੇ ਦਰ ਦਾ ਇੱਕ ਮਾੜਾ ਜਿਹਾ ਢਾਡੀ ਹਾਂ। ਹੋਰ ਲੋਕ ਆਪਣੇ ਆਪ ਨੂੰ ਉੱਤਮ ਜਾਤ ਵਾਲੇ ਆਖਦੇ ਹਨ ਜੋ ਤੇਰਾ ਭਜਨ ਕਰਦੇ ਹਨ। ਮੈਂ ਉਹਨਾਂ ਪਾਸੋਂ ਤੇਰਾ ਨਾਮ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।